सोची जाना है मामा, मैनू लगता तेन मेरी गल तो इतबार कोई नहीं। ਇਤਬਾਰ ਵਾਲੀ ਗੱਲ ਕੋਈ ਨੀ, ਤੂੰ ਤਾਂ ਹੈ ਹੀ ਜ਼ਮਾਨੇ ਦੀ ਚਵਲ। ਜੇ ਸੱਚ ਹੋਇਆ ਤਾਂ ਮੈਂ ਤਾਂ ਟਪਕ ਜਾਸਾਂ। ਓ ਰਮਜੀ ਸਹੀ ਦੱਸ, ਮੇਰੀ ਜਾਨ ਇਸ ਤੋਤੇ 'ਚ? ਹਾਂ ਮਾਮਾ ਹਾਂ, ਮੇਰੇ ਕੋਲ ਸੁਗਰੀ ਦੀ ਕਸਮ ਚਵਾਲ ਹੈ, ਮੈਂ ਝੂਠ ਨਹੀਂ ਮਾਰਦਾ। ਮੈਨੂੰ ਪੀਰਾਂ ਆਖਿਆ, ਉਹਨਾਂ ਮੈਨੂੰ ਆਪ ਆਖਿਆ ਹੈ, ਤੋਤਾ ਫੜ ਲੈ, ਇਹਦੇ ਵਿੱਚ ਤੇਰੇ ਮਾਮੇ ਦੀ ਜਾਨ ਹੈ, ਤੇਰੇ ਮਾਮੇ। ਮਾਮਾ ਰਮਜੀ ਝੂਠ ਨਹੀਂ ਬੋਲਦਾ ਪਿਆ, ਮੈਂ ਵੀ ਨਾਲ ਗਈ ਆਸੂ, ਮੈਂ ਉੱਥੇ ਸੁਣ ਕੇ ਬੜਾ ਰੋਈ ਆਸੂ, ਮੇਰੇ ਤਾਂ ਸਿਰ ਨੂੰ ਪੀੜ ਬੜੀ ਚੜ ਗਈ ਹੈਗੀ ਆਈ। ਆ ਵੇਖ ਲੈ, ਹੁਣ ਝੂਠੀ ਕਸਮ ਨਹੀਂ ਖਾਂਦਾ ਪਿਆ, ਉਹ ਸੱਚੀ ਕਸਮ ਖਾਂਦਾ ਪਿਆ। ਓਏ ਦੱਸ, ਇਸ ਤੋਤੇ ਦੀ ਕਿੰਨੀ ਕੁ ਜ਼ਿੰਦਗੀ ਹੈ? ਓਏ ਮਾਮਾ, ਇਹ ਵੀ ਤੇਰੇ ਤਰ੍ਹਾਂ ਬੁੱਢਾ ਹੋਇਆ ਪਿਆ ਵਿਚਾਰਾ, ਇਹ ਜ਼ਿਆਦਾ ਤੋਂ ਜ਼ਿਆਦਾ ਮਹੀਨਾ ਜ਼ਿੰਦਾ ਰਸ। ਅਗਰ ਆਪਾਂ ਇਹਦੀ ਜ਼ਿੰਦਗੀ ਵਧਾਈਏ ਤੇ ਇਹਦੀ ਬਿਹਤਰੀਨ ਖੁਰਾਕ ਕਰਨੀ ਪਊਸੀ, ਜਦੋਂ ਇਹਦੀ ਖੁਰਾਕ ਬਿਹਤਰੀਨ ਹੋ ਜਾਸੀ ਇਹਦੀ ਜ਼ਿੰਦਗੀ ਵੱਧ ਜਾਸੀ, ਜਦੋਂ ਇਹਦੀ ਜ਼ਿੰਦਗੀ ਵੱਧ ਜਾਏਗੀ ਨਾਲ ਤੇਰੀ ਵੱਧ ਜਾਏਗੀ। ਬਸ ਠੀਕ ਹੈ, ਆ ਤੋਤਾ ਫੜ ਲੈ ਤੇ ਮੈਂ ਇਹਨੂੰ ਖਵਾਈ ਪਿਆਈ ਰੱਖਾਂਗੀ, ਇਹਦੀ ਖੁਰਾਕ ਚੰਗੀ ਰੱਖਾਂਗੀ ਮੈਂ, ਤੇ ਇਹਦੀ ਉਮਰ ਵੱਧ ਜਾਏਗੀ। ਠੀਕ ਵੀ ਆਉਂਦੀ ਹੈ ਮਾਮਾ, ਇਹ ਸਹੀ ਨਹੀਂ ਆਉਂਦੀ ਪਈ, ਇਹ ਚਲੋ ਖਵਾ ਸੀ ਪਿਵਾ ਸੀ ਇਹਨੂੰ, ਪਰ ਜਿਸ ਵੇਲੇ ਇਹਨੂੰ ਕਾਬਟ ਚੜੀ ਤੇਰੇ ਨਾਲ ਲੜੀ, ਇਸ ਤੋਤੇ ਦੀ ਗਿੱਚੀ ਮਰੋੜ ਦੇਣੀ, ਮਰ ਜਾਣਾ ਤੋਤਾ ਨਾਲ ਤੂੰ ਵੀ। ਮਾਮਾ ਜਿੱਟੀ ਦੇ ਗੁੱਸੇ ਨੂੰ ਤੂੰ ਜਾਣਦਾ ਤੇ ਹੈਗਾ, ਤੋਤਾ ਅਸੀਂ ਲੈ ਜਸਾਂ, ਤੂੰ ਸਾਨੂੰ ਖੁਰਾਕ ਦਾ ਬੰਦੋਬਸਤ ਕਰ ਦੇਵੀਂ ਪਿਆ ਸੀ, ਉਹਨੂੰ ਰਾਜ ਕੇ ਖਵਾਈ ਪਾਈ ਰੱਖਸਾਂ। ਇਹ ਤਾਂ ਹਰ ਟਾਈਮ ਮੱਖੀ ਬਲਦੀ ਰਹਿੰਦੀ ਹਨ ਗੁੱਸੇ ਨਾਲ। ਸਹੀ ਪਿਆਉਂਦਾ, ਤੂੰ ਤਾਂ ਇੱਥੇ ਟਾਈਮ ਲੜਦੀ ਰਹਿੰਦੀ, ਉਹ ਮੇਰਾ ਬਣਿਆ ਹੈ, ਮੇਰਾ ਖੂਨ ਹੈ, ਮੇਰਾ ਸਾਸ ਕਰਸੀ। ਮਾਮਾ ਮੈਨੂੰ ਜਿੰਨਾ ਤੇਰੇ ਨਾਲ ਪਿਆਰ ਹੈ ਉਨਾ ਕਿਸੇ ਨੂੰ ਕੋਈ ਨਹੀਂ, ਕਿਉਂਕਿ ਮੈਨੂੰ ਪਤਾ ਇਸ ਮਾਮੇ ਦਾ ਮੈਂ ਬਣਿਆ ਤੇ ਮੇਰਾ ਇਹ ਮਾਮਾ ਹੀ ਤੋੜਾ ਹੈ। ਪੀਰਾਂ ਆਖਿਆ ਤੋਤੇ ਦੇ ਵਿੱਚ ਜਾਨ ਹੈ ਤੇਰੇ ਮਾਮੇ ਦੀ, ਤੇ ਮਾਮੇ ਦੇ ਵਿੱਚ ਜਾਨ ਹੈ ਤੇਰੀ ਮਾਮੀ ਦੀ, ਮਰ ਗਏ ਮਾਮਾ ਮਰ ਗਿਆ ਤੇ ਨਾਲ ਤੂੰ ਵੀ ਫੁੜਕ ਜਾਣਾ। ਨਵਾਂ ਪਹਾੜਾ ਪੈ ਗਿਆ ਹੁਣ ਖਵਾਈ ਰੱਖੀ। ਮਾਮਾ ਮੈਨੂੰ ਲੱਗਦਾ ਤੇਰੀ ਜੀਵਨ ਤੇ ਸਲਾਹ ਕੋਈ ਨੀ, ਤੂੰ ਮਰੂ ਹੈ, ਇਹ ਬਦਾਮ ਖਾਂਦਾ ਹੈ, ਦੇਸੀ ਜੋ ਦੀ ਚੂਰੀ ਖਾਂਦਾ ਹੈ, ਬਾਜਰੀਆਂ ਨਹੀਂ ਖਾਂਦਾ, ਇਹ ਕੋਈ ਚੂਚੇ ਨਹੀਂ ਹੈ। ਤੇ ਫਿਰ ਕਿੰਨੇ ਕੀ ਦੇਵਾਂ ਮਾਮਾ? 20,000 ਰੁਪਇਆ ਦੇ ਤਾ ਮਹੀਨਾ ਟੱਪ ਜਾ। ਬੇ ਤੂੰ ਮੱਝ ਦੀ ਖੁਰਾਕ ਲੈ ਕੇ ਆਣੀ ਹੈ ਕਿ ਤੋਤੇ ਦੀ ਖੁਰਾਕ ਲੈ ਕੇ ਆਣੀ ਹੈ, ਜਿਹੜਾ ਤੂੰ 20,000 ਰੁਪਇਆ ਮੰਗੀ ਜਾਂਦਾ ਹੈ? ਚੱਕਰ ਜੇ ਮੈਂ ਮਰ ਗਿਆ ਤੇ ਤੂੰ ਵੀ ਮਰ ਗਿਆ ਸੀ, 20,000 ਇਤਨਾ ਮਹਿੰਗਾ ਕੋ ਨਹੀਂ ਹੈ, ਜੇ ਪੈਸੇ ਅਸੀਂ ਅੰਜੀ ਦਿੰਦੇ ਰਹਿਣਾ ਤੇ ਆਪਾਂ ਇੱਕ ਦਿਨ ਮਰ ਜਾਵਾਂਗੇ। ਪੈਸੇ ਨਹੀਂ ਦਿਓਗੇ ਤਾਂ ਫਿਰ ਤਾਂ ਤੁਸੀਂ ਮਰ ਹੀ ਜਾਓਗੇ, ਜੇ ਦਿੰਦੇ ਰਹੋਗੇ ਤਾਂ ਮੈਨੂੰ ਅੱਛੀ ਖੁਰਾਕ ਖਵਾਵਾਂਗਾ, ਬਿਹਤਰੀਨ ਖੁਰਾਕ ਖਵਾਵਾਂਗਾ, ਇਹਦੀ ਜ਼ਿੰਦਗੀ ਵਧੇਗੀ ਨਾਲ ਤੁਹਾਡੀ ਵੀ ਜ਼ਿੰਦਗੀ ਵਧੇਗੀ। ਮਾਮੀ ਕੰਜੂਸ ਬਣਨ ਨਾਲ ਕੁਛ ਵੀ ਨਹੀਂ ਬਣਨਾ ਹੈਗਾ, ਅਸੀਂ ਕਿਹੜੇ ਪੈਸੇ ਆਪ ਖਾ ਜਾਣੇ ਹੈਗੇ ਨੇ, ਸਾਨੂੰ ਤਾਂ ਤੁਸੀਂ ਆਪਦੀ ਜਾਨ ਤੋਂ ਜ਼ਿਆਦਾ ਪਿਆਰੇ ਲੱਗਦੇ ਨੇ, ਤਾਂ ਹੀ ਤੁਹਾਡੇ ਕੋਲ ਆਣ ਕੇ ਮਿੰਨਤਾਂ ਤਰਲੇ ਕੀਤੀ ਜਾਂਦੇ ਹਾਂ, ਤੁਹਾਡੀ ਗੱਲ ਸਮਝ ਚਾਲੀ ਕੋਈ ਨਹੀਂ ਆਉਂਦੀ ਪਏਗੀ, ਪੈਸਿਆਂ ਦੇ ਉੱਤੇ ਨਾਗ ਬਣ ਕੇ ਨਾ ਬਵੋ, ਸਾਨੂੰ ਦੇ ਉਹਨੂੰ ਖੁਰਾਕ ਦੇਵੇ ਤੇ ਤੁਹਾਡੀ ਜ਼ਿੰਦਗੀ ਵਧੇ, ਤੁਹਾਡੀ ਜ਼ਿੰਦਗੀ ਵਧੇ, ਨਹੀਂ ਤਾਂ ਪੈਸੇ ਤੁਸੀਂ ਨਾਲ ਲੈ ਕੇ ਜਾਣਨ ਕਬਰ ਦੇ। ਠੀਕ ਹੈ ਪੈਸੇ ਲੈ ਜਾ, ਲੇਕਿਨ ਆਪ ਨਾ ਵਿੱਚ ਖਾਵੀਂ। ਨਹੀਂ ਨਹੀਂ ਮੈਂ ਆਪ ਨਹੀਂ ਖਾਂਦਾ, ਇਹ ਤਾਂ ਸਮਝ ਲਓ ਸਦਕੇ ਦੇ ਪੈਸੇ, ਇਸ ਜਾਨ ਨੂੰ ਖਵਾਉਣੇ ਤੇ ਮੈਂ ਵਿੱਚੋਂ ਨਹੀਂ ਖਾਂਦਾ, ਮੇਰੇ ਵਾਸਤੇ ਮੈਂ ਖਾ ਕੇ ਮਰਨਾ। ਰਮਜੀ ਜਲਦੀ ਕਰ, ਉਹ ਤਾਂ ਓਟ ਮੈਨੂੰ ਲੱਗਦਾ ਭੁੱਖ ਲੱਗੀ ਖਲੋਤੀ ਇਸ ਨੂੰ। ਹਾਂ ਤੇਰੇ ਵਾਸਤੇ ਬਦਾਮ ਲੈ ਕੇ ਆਉਣਾ ਤੇ ਨਾਲੇ ਖਰੋਟ ਲੈ ਕੇ ਆਉਣਾ, ਮੈਂ ਕਾਜੂ ਵੀ ਲੈ ਕੇ ਆਉਂਦਾ, ਆ ਪੈਸੇ ਲੈ ਲਾ। ਥੋੜੀ ਜਿਹੀ ਖੁਰਾਕ ਖਵਾਵੀਂ? ਚੰਗਾ ਮੇਰਾ ਮਾਮਾ, ਮੇਰਾ ਹੁਣ ਇਹ ਵੀ ਮਾਮਾ ਹੀ ਹੈ ਸਮਝੋ ਤਾਂ। ਮੈਨੂੰ ਤਾਂ ਲੱਗਦਾ ਹੈ ਚੂਨਾ ਲਾ ਗਿਆ ਆਪਾਂ ਨੂੰ। ਬਹੁਤ ਅੱਛੇ, ਜ਼ਿੰਦਗੀ ਆਪਣੀ ਵਧਾਈ ਤੂੰ ਚੂਨਾ ਲਾ ਗਿਆ। ਹਾਂ ਤੂੰ ਨਾ ਕਦੀ ਮੇਰੀ ਗੱਲ ਤੇ ਮੰਨੀ। ਆ ਕੀ ਲੁਕਾ ਜਾਣਾ? ਤੋਤਾ, ਤੋਈ ਤੋਤਾ, ਇਹਨੂੰ ਕਿਉਂ ਫੜਿਆ? ਇਹਦੀ ਲੱਤ ਸੱਟ ਲੱਗੀ ਹੋਈ ਹੈ, ਇਹਦੇ ਕੋਲ ਉੱਡਿਆ ਨਹੀਂ ਜਾਂਦਾ, ਮੈਂ ਆਖਿਆ ਮੈਂ ਇਹਦਾ ਘਰੇ ਲਿਜਾ ਕੇ ਇਲਾਜ ਕਰਨਾ। ਇਹ ਲੱਤਾਂ ਨਾ ਉੱਡਦਾ, ਉੱਡਦੇ ਮੈਨੂੰ ਛੱਡਾਂ? ਨਾ ਆਪਾ ਨਾ, ਇਹ ਆਮ ਤੋਤਾ ਨਹੀਂ, ਇਹ ਗੱਲਾਂ ਕਰਨ ਵਾਲਾ ਤੋਤਾ ਹੈ, ਅੰਗਰੇਜ਼ੀ ਬੋਲਦਾ, ਮੈਂ ਇਹਦੇ ਕੋਲ ਅੰਗਰੇਜ਼ੀ ਦੀ ਕਿਤਾਬ ਪੜ੍ਹਨੀ ਹੈ। ਹਾਂ ਚਾਚਾ, ਨਾਲੇ ਮੈਂ ਇਹਦੇ ਕੋਲ ਅਰਬੀ ਸਿੱਖਾਂ, ਅਰਬੀ ਵੀ ਬੋਲ ਲੈਂਦਾ। ਅਰਬੀ ਤਾਂ ਬੜੀ ਸੋਹਣੀ ਬੋਲਦਾ ਹੈ। ਓ ਰਮਜ਼ੀਆ, ਇਹ ਜਿਹੜੀ ਅੰਗਰੇਜ਼ੀ ਤੇ ਅਰਬੀ ਬੋਲਦਾ ਨਾ, ਮੈਨੂੰ ਚੰਗੀ ਤਰ੍ਹਾਂ ਪਤਾ ਹੈ, ਇਹ ਤੋਤਾ ਤੂੰ ਰੱਖੀ ਰੱਖ, ਅਗਰ ਤੂੰ ਕਿਸੇ ਨਾਲ ਲੰਡੀ ਲਾਈ ਤੇ ਮੈਂ ਇੱਥੇ ਬੁਰਾ ਬੰਦਾ ਕੋਈ ਨਹੀਂ ਹੋਣਾ। ਨਾ ਨਾ ਆਪਾ, ਮੈਨੂੰ ਕੀ ਲੋੜ ਹੈ ਕਿਸੇ ਨਾਲ ਲੰਡੀ ਲਾਉਣ ਦੀ,
चल ठीक है दफा हो करे। अच्छा जाने पे आ जा। अपने खुडे हरम जी शेर हो मैं लगता हाथ भी खा गया फौत नहीं हो गई मैं तो हड्डा चुका ले सा मेरी बतकां हैं ओ लोकां नु चूना ला सकदा मैनू नहीं भूतना एक कदी भी ना सोची जेड़ी शहर रमजी चाल वे ते आपा ओदे हड्डा चुका लेए ओ ता बड़ा गऊ गापे उस लघाट पा दीती होनी इन किदाई दिया किदाई मारम दीदी माल जानो नु जाके सारी गाल सुनाई ना आया रोला ओदी माल ले जावण दा फायदा ही कोनी ओदी मां ते पैरां ते पानी नहीं आवण देंदी है बड़ी आवण देसी पैरां ते पानी मां ओनु आखना सफाई दे ओ आंदा ते पई आवण दे गोले तू जहान नु उल्लू बनाई बना मैनू बना छे मैं बतकां वेखिया है मैं वाह सोनिया ने अल्लाह नसीब करने इज्जत नाल मान जा ते ठीक है नहीं तो मैं तेरी माल उलामा ला के जावा और मैं कहना रमजी दी तू न्या दे उस बच्चा चाहिए या नहीं तू थाने लगा जा का माल ले क्यों जाना बहन सुगरी मैं तो एदे मुंह ही नहीं लगनी है तू बनी होई है मेरी बहन खुदा दे नाल सानू एदे कोल बक्ता ला के दे जा बिल्ला बक्ता अगर चांदा ना तो मेनू सब तो पहले इत्तला करदा हुंदा है इस गल दे ते तैनू पता हैगा मेरे कोल ए गल नहीं लुकांदा इन्ने बक्ता कोई नहीं चाहिए है जेड़े पक्की वास बारा पक्की लाई होई है ना मैं तो उन दिशता नहीं लगदी है दो बारी मेरी कोलियां भी चाके गहन करू मेरी गल सुन मेरी निकल सी कमेटी तो मैं तेन बखता लैके दे सै लड़ाई च कोई फायदा नहीं आप गुआंढी आ गया ते तोता वे किड्डा सोना मैं खरीदया नहीं बेड़ा मैं तो गड़ा ही नहीं गदी तोते नु ते ना तेरी कमेटी नु साडियां बखता दे ओडियां मांगी मैं बखता ते शौका ते चाह नाल लेंदियां हां नी तू तो टूटी जूती तेरी गवा दी जानी आ गई एक असी बखता नहीं चाहिए कि मैं अखी ते जानी है कि तू यकीन ही नहीं करती पिया गई है तू साइन दी जावा ते न्याय देनी है नहीं न्याय तो नहीं दे सकता तो मोरा दी वकालत क्यों तू करती पई है मेरी बहन है कूड़ा भी न्याय होंदा है तो सच्चा भी न्याय होंदा है मैं तो न्याय नहीं चाहती ता डर गई है गई तो मैं तो तेन बक्ता लेके दे देसा हां भूतना जी ल्या भी साड़ियां बतकां बतकां लेनियां नहीं के माल डबल करावना है क्योंकि बैंक च लग गया माल डबल करे मैं बैंक च नहीं लगा मेरा तोता जादूगर तोता है इनू 1000 रुपया दोगे तो 2000 तुहानू वापस करेगा इहो जिहा चूना किसे होर नू ला असी तेरी दाड़ हेठ नहीं सहमदे जिहड़ी तैनू मैं गल कीती है तो ओ पूरी कर लगता है तू आदि किस्मत जगाऊ नहीं है तू सारी जिंदगी इवें भुखे दा भुखा ही रहेगा तू केड़ा रज्जो होया ओ मैं रज्जिया होया हुण तैनू पता नहीं सुगरी भी खा इनू पैसे तेरे सवारी मरद इतना अकल कोई नहीं तू मेरी पवानी बैठा सिरांदी नहीं कुछ नहीं होंगे सच्ची निकली पैसे तो पैन पत्थर बन जाना डबल करवा लवीए डबल नहीं होने क्योंकि ये तोते दे पैसे है
ਤੁਸੀਂ ਹੋਰ ਕੋਈ ਡਬਲ ਚੀਜ਼ ਕਰਾਉਣੀ ਤੇ ਕਰਾ ਲਓ ਤੇ ਇੱਕੋ ਵਾਰੀ ਡਬਲ ਹੋਣੀ ਨੇ ਮੁੜੇ ਕਿ ਨਹੀਂ ਬਾਰ ਬਾਰ ਬੱਜੇ ਰਹੋ ਬੱਜੇ ਰਹੋ ਬੱਜੇ ਰਹੋ ਭੂਤਨਾ ਜਿਹੜਾ ਆਪਣਾ 15,000 ਰੁਪਇਆ ਪਿਆ ਹੈ ਨਾ ਮੈਂ ਤਾਂ ਨਹੀਂ ਡਬਲ ਕਰਾ ਲਈ ਹਾਂ ਇਹ ਗੱਲ ਵੀ ਤੇਰੀ ਠੀਕ ਹੈ ਤੇ ਮੁੜ ਖਲੋਤੀ ਕਿਵੇਂ ਅੰਦਰੋਂ ਚਾਹ ਲਿਆ ਚਾਹ ਲਿਉਂਦੇ 15,000 ਦਾ ਕਦੀ 45,000 ਕਰ ਛੱਡੇ ਨਾ ਮੁੜ ਤੈਨੂੰ ਮੈਂ ਜ਼ਿਆਦਾ ਮੰਨੇ ਸਾ ਤੂੰ ਵਾਕਿਆ ਬਈ ਪਹੁੰਚ ਗਈ ਤੂੰ ਮੈਨੂੰ ਨਾ ਮੰਨ ਪਹੁੰਚ ਡਬਲ ਹੀ ਹੋਣਾ ਜਦੋਂ ਆਖਿਆ ਡਬਲ ਤੇ ਡਬਲ ਹੀ ਹੋਣਾ ਚਲੋ ਲੱਤਰੀ ਤਾਂ ਕਰਨਾ 15 ਪੂਰਾ 15 ਯਾਰ ਲੈ ਵੀ ਤੋਤੇ 15,000 ਰੁਪਇਆ ਫੜ ਕੇ ਤੇ ਡਬਲ ਕਰ ਦੇ ਫੜ ਲੈ ਸ਼ਾਬਾਸ਼ ਸ਼ਾਬਾਸ਼ ਲਓ ਜੀ ਜਾਓ 30,000 ਰੁਪਇਆ ਚਾ ਲਓ ਉੱਥੋਂ ਬਿੱਲੋ ਆਪ ਦੋਵੇਂ ਚਲੀ ਰਕਮ ਹੈ ਜ਼ਿਆਦੀ ਰਲ ਕੇ ਚਾ ਆਈਏ ਟੋਰ ਇੱਥੇ ਤਾਂ ਪਾਇਆ ਹੀ ਕੋਈ ਨਹੀਂ ਚਲ ਟੋਰ ਨੂੰ ਦੱਸੀਏ ਵੀ ਉੱਥੇ ਕੋਈ ਨਹੀਂ ਪੈਣ ਆ ਜਾ ਹਾਂ ਬੈਠਾ ਹੀ ਕੋਈ ਮੈਨੂੰ ਲੱਗਦਾ ਖੋਤੀ ਦਾ ਪੁੱਤਰ ਆਪਾਂ ਨੂੰ ਦਾ ਲਾ ਗਿਆ ਜੇ ਉਹ ਦਾ ਲਾ ਕੇ ਵਗ ਗਿਆ ਤਾਂ ਸਤੱਤਾ ਆਪਾਂ ਉਹਦੀ ਮਾਂ ਦੇ ਸਿਰ ਤੇ ਚੜੀਏ ਟੋਰ ਪਏਗਾ ਚਲ ਇੱਥੇ ਖੰਗੀ ਜਾਨੀ ਮੈਂ ਦਵਾਈ ਕਿਹ ਵਾਸਤੇ ਲਿਆਂਦੀ ਇਹ ਕਿਵੇਂ ਲੱਗਣੀ ਹੈ ਥੋੜਾ ਪਾਣੀ ਗਰਮ ਕਰ ਲਾ ਇਹਦੇ ਵਿੱਚ ਮਿਲਾ ਕੇ ਤੇ ਹਲ ਕਰਕੇ ਤੇ ਇੱਕ ਚਮਚ ਲੈ ਅੱਛਾ ਲਾ ਲੈਣੀ ਆ ਚਾਚਾ ਫਲਕ ਸ਼ੇਰ ਤੇਰੇ ਪੁੱਤਰ ਸਾਡੇ ਨਾਲ ਚਲਾਕੀ ਕਰ ਲਈ ਹੈ ਕਿਹਦੀ ਚਲਾਕੀ ਕਰ ਸਾਡੇ ਘਰ ਲਗਾ ਗਿਆ ਤੋਤਾ ਲੈ ਕੇ ਜਿਹਨੇ ਇਹ ਤੋਤਾ ਬੜਾ ਕਿਸਮਤ ਆਲਾ ਜਿਤਨੇ ਪੈਸੇ ਡਬਲ ਕਰਾਉਣੇ ਨੇ ਕਰਾ ਲਓ ਸਾਡੇ ਕੋ 15,000 ਰੁਪਇਆ ਪਿਆ ਅਸੀਂ ਚਾਹ ਕੇ ਦਿੱਤਾ ਉਹ ਲਾ ਕੇ ਨਿਕਲ ਗਿਆ ਤੇ ਖੱਚਾ ਤੁਸੀਂ ਨੇ ਉਹਦੇ ਤੇ ਇਤਬਾਰ ਕੀਤੀ ਖਲੇ ਨੇ ਤੇ ਤੁਸੀਂ ਸਾਨੂੰ ਕਿੱਥੋਂ ਜੁਮੇ ਬਾੜ ਲਿਆਇਆ ਜਿਹੜੇ ਤੁਸੀਂ ਉਹਦੇ ਕੋਲ ਪੈਸੇ ਡਬਲ ਕਰਾਉਂਦੇ ਵਦੇ ਨੇ ਉਹ ਸਾਨੂੰ ਰਮਜੀ ਦਾ ਤਾਂ ਪਤਾ ਹੋ ਜੀ ਮੈਂ ਤਾਂ ਬੰਦਾ ਹੈ ਪਿਆ ਤੇਰੀ ਨੌ ਨਾਲ ਟੁਰੀ ਵਧੀ ਉਹ ਸਫਾਈਆਂ ਦੇਣ ਦੀ ਵਧੀ ਆਏ ਭੂਤਨਾ ਪੈਸੇ ਦੇ ਕੇ ਡਬਲ ਕਰਾ ਲਓ ਅਸੀਂ ਤਾਂ ਯਕੀਨ ਕੀਤਾ ਉਹ ਦੋਵੇਂ ਇੱਕੋ ਜਣ ਸਾਡਾ ਸਿਰ ਨਾ ਰੜਕੋ ਜਾਓ ਤੁਹਾਨੂੰ ਜਿੱਥੇ ਲੱਭਦਾਂ ਜਾ ਕੇ ਲੱਭ ਲਵੋ ਮਾਸੀ ਸਾਹਮਣਾ ਆਸਾਂ ਨੂੰ ਕਿਉਂ ਜਾ ਕੇ ਲੱਭੀ ਆਸਾਂ ਕੋਈ ਖੋਜੀ ਆ ਉਹ ਲਾਨਤ ਤੁਸਾਂ ਜੰਮੀ ਹੈ ਤੇ ਮੁਕਾਲੇ ਉਹਦਾ ਦੋ ਵਾ ਸਾਡਾ 15,000 ਰੁਪਇਆ ਇੱਥੇ ਸੱਟੋ ਨਹੀਂ ਛੋਹਰਾ ਤੂੰ ਤਾਂ ਅਹੀਂ ਆਂਦੀ ਪਈ ਆ ਜਿਵੇਂ ਸਾਨੂੰ 15,000 ਹੱਥੇ ਨਾ ਪਾ ਗਈ ਹੈ ਦੇਖ ਸੜ ਕੋ ਲੈਂਦੀ ਪਈ ਹੈ ਲੋਕਾਂ ਦੇ ਰੁਪਇਆ ਠੱਗੇ ਹੋ ਤੁਸੀਂ ਪੁੱਤਰ ਕੋਲੋਂ ਖਾ ਚਾਟ ਲੈਂਦੇ ਨੇ ਤੇ ਹੁਣ ਉਹਦੀ ਜਗ੍ਹਾ ਤੇ ਤੁਸੀਂ ਚੱਟੀ ਨਹੀਂ ਪੇ ਭਰਦੇ ਨੇ ਸਾਨੂੰ ਚੱਟਣ ਲੱਕੋ ਨਾ ਦੱਸ ਅਸੀਂ ਆਈਓ ਜੇ ਪੈਸੇ ਹਰਾਮ ਨਹੀਂ ਖਾਂਦੇ ਓਏ ਉਹ ਤਾਂ ਸਾਡੇ ਪੈਸੇ ਖਾ ਗਿਆ ਹੁਣ ਅਸੀਂ ਕੀ ਕਰੀਏ ਤੁਸੀਂ ਨਾ ਖਵਾਵਾ ਦੋਵੇਂ ਜੀ ਸਾਨੂੰ ਚੰਬੜ ਗਏ ਨੇ ਚਲੋ ਕੋਈ ਗੱਲ ਨਹੀਂ ਬਿੱਲੋ ਚਾਚਾ ਫਲਕ 6 ਰੁਪਏ ਖਲੋਂਦਾ ਇਲੈਕਸ਼ਨ ਤੇ ਆਪਾਂ ਪੂਰਾ ਦਾ 12 ਚੱਕਾ ਦੇ ਵਿੱਚ ਆਖਣਾ ਇਹਦਾ ਪੁੱਤਰ ਬਈ ਮਾਨ ਨੇ ਇਹਨੂੰ ਵੋਟ ਨਾ ਦਿਵਾ ਇਹ ਵੋਟ ਲੈ ਲੈਂਦੇ ਬਾਅਦ ਤੇ ਲੋਕਾਂ ਦੀਆਂ ਚੋਰੀਆਂ ਕਰੇਂਦੇ ਤੇ ਚੱਲ ਟੋਰ ਮੈਨੂੰ ਵੀ ਜ਼ਮਾਨਾ ਜਾਣਦਾ ਹੈ ਮੈਂ ਤਾਂ ਇਹਨਾਂ ਦੇ ਝੰਡੇ ਕਾਟ ਛੱਡਸਾਂ ਉਹ ਨਹੀਂ ਮੇਰੇ ਦੇ ਤੂੰ ਇੱਕ ਮਿੰਟ ਰੁਕ ਸਾਬਰਾ ਚੱਲ ਇਹਨਾਂ ਨਾ ਚਲੇ ਤੈਨੂੰ ਲੱਭ ਕੇ ਲੈ ਆਈ ਮੈਂ ਤਾਂ ਅੱਡੂ ਵੀ ਨਹੀਂ ਜਾਣਦੀ ਸਾਬਰਾ ਤੇਰੇ ਮੈਂ ਆਂਦਾ ਪਿਆ ਉੱਠ ਪਿਆ ਉਤਾਂ ਮੈਂ ਕੋਈ ਨਹੀਂ ਜਾਣਣਾ ਕਿਉਂ ਨਹੀਂ ਜਾਣਾ ਤੂੰ ਹਾਂ ਉਤਾਂ ਉੱਠੀ ਖਲੋ ਉਹ ਤੇਰਾ ਕੁੱਤਾ ਜੰਮਿਆ ਹੋਇਆ ਮੈਂ ਉਹਦੇ ਮਗਰ ਨਹੀਂ ਜਾਂਦੀ ਮੇਰੀ ਤਮੀਜ਼ੀ ਨਾ ਕਰਵਾ ਤੈਨੂੰ ਜੋ ਮੈਂ ਆਖਦਾ ਪਿਆ ਉਤਾਂ ਉੱਠੋ ਆ ਨਾ ਚੱਲ ਨਾਲ ਚੱਲ ਵਗ ਜਾਂਦੀ ਆ ਪਰ ਜੰਮਦੇ ਨੂੰ ਫੇਰ ਦੱਕ ਛੱਡੋ ਆ ਜੰਮੇ ਹੀ ਹਰਾਮ ਦਾ ਹਿੱਸਾ ਕੀਮਾ ਸਾਹਿਬ ਤੁਸੀਂ ਬਦਮਾਸ਼ ਬੰਦੇ ਹੀ ਨੇ ਤੁਹਾਡੇ ਕੋਲ ਡਰ ਲੱਗਦਾ ਇੱਕ ਵਾਰੀ ਮੈਂ ਤੁਹਾਨੂੰ ਪੈਸੇ ਡਬਲ ਕਰਕੇ ਦੇ ਛੱਡੇ ਹੁਣ ਦੂਸਰੀ ਵਾਰੀ ਮੇਰੇ ਕੋਲ ਡਬਲ ਨਾ ਕਰਵਾ ਇੱਕ ਵਾਰੀ ਸਿਰਫ ਕਰ ਦੇ ਤੇ ਮੈਂ ਵਗ ਜਾਵੀ ਸਾਹਿਬ ਯਾਰ ਮੈਂ ਤਾਂ ਨਾ ਰਾਣ ਹੀ ਦਿਓ ਯਾਰ ਕਿਉਂ ਰਾਣ ਦੇ ਮੈਨੂੰ ਪੈਸਿਆਂ ਦੀ ਲੋੜ ਤੇਰੀ ਮਿਹਰਬਾਨੀ ਇੱਕ ਵਾਰ ਡਬਲ ਕਰ ਦੇ ਤੇ ਮੈਂ ਤੇਰੇ ਤੇ ਰਾਜ਼ੀ ਹਾਂ ਮੁਰ ਜਿੰਨੇ ਪੈਸੇ ਨਹੀਂ ਸਾਰੇ ਇੱਕ ਵਾਰ ਡਬਲ ਕਰਵਾ ਲੈ ਮੈਂ ਹੁਣ ਕਿੱਥੇ ਰਾਤ ਤਾਈਂ ਬੈਠਾ ਰਸ 15,000 ਹੀ ਕਰ ਦੇ ਡਬਲ 15,000 ਆ 10,000 ਤੋਂ 9,000 ਤੇ 7,000 ਮੇਰਾ ਵੀ 7,000 ਤੇਰਾ ਵੀ ਤਰਤੀਬ ਹੁਣ ਜ਼ੇਨ ਚ ਰੱਖ ਲੈ ਤੋਤਾ ਸਾਹਿਬ ਮੁੜ ਉਸ ਤੋਂ ਬਾਅਦ ਮੈਨੂੰ ਨਹੀਂ ਖੱਚ ਖੱਚ ਹੋਣ ਦੇਣਾ ਹਾਂਜੀ ਤੁਹਾਡੇ ਕੋਲ 5,000 ਰੁਪਇਆ ਇਸ ਬੱਚੀ ਦਾ ਸਾਰੇ ਤੈਨੂੰ ਕਿਵੇਂ ਇਕੱਠੇ ਫਦਾਵਾਂ ਥੋੜੇ ਥੋੜੇ ਕਰਕੇ ਫਦਾ ਓ ਯਾਰ ਇਹ ਮੇਰਾ ਕੰਮ ਹੈ ਤੇ ਤੋਤੇ ਦਾ ਕੰਮ ਹੈ ਤੋਤਾ ਆ ਜਾਣਾ ਤੇ ਮੈਂ ਐ ਲੈ ਗੰਨਾ ਛੱਡ ਦੇ ਗੰਨਾ ਛੱਡ ਪੈਸੇ ਫੜ ਮੇਰਾ ਗੰਨਾ ਹੀ ਡਬਲ ਕਰਦਾ ਉਹਦਾ ਨਾ ਗੰਨੇ ਖਾਂਦਾ ਯਾਰ ਗੰਨਾ ਕਰ ਫੜ ਫੜ ਐ ਫੜ ਐ ਲੈ ਫੜ 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 ਤੋਤਾ ਹੀ ਤੇ ਇਥੋਂ ਲੈ ਲਈਏ ਤੇ ਦੇ ਦੇ ਸੇ 20 ਲੱਖ ਦਾ ਤੋਤਾ ਅੱਲਾ ਦੇ ਬੰਦਿਆ ਇਹ ਆਸਟ੍ਰੇਲੀਆ ਦੇ ਵਿੱਚੋਂ ਆਇਆ ਬੰਗਾਲ ਦੇ ਵਿੱਚੋਂ ਜਾਦੂ ਸਿੱਖ ਕੇ ਆਇਆ ਨਹੀਂ ਨਹੀਂ ਮੋੜ ਸਾਡੇ ਪਹੁੰਚਦਾ ਨਹੀਂ ਹਾਂ ਤੁਹਾਡੀ ਪਹੁੰਚਦਾ ਆਪਾਂ ਦੇਰ ਨਾ ਕਰੀ ਆਪਣੇ ਪੈਸੇ ਡਬਲ ਹੋ ਗਏ ਪੈਸੇ ਹੁਣ ਤੁਹਾਡੇ ਡਬਲ ਹੋ ਗਏ ਤੇ ਜਲਦੀ ਜਾਓ ਠੀਕ ਹੈ ਆਜੋ ਬੜੀ ਮਿਹਰਬਾਨੀ ਨਾਲ ਆਪਾਂ ਜਲਦੀ ਨਾਲ ਹੁਣ ਘਰੇ ਚਲੀਏ ਘਰੇ ਨਹੀਂ ਹੋਰ ਅਗਾ ਜਾਣਾ ਹਾਂ ਹਾਂ ਚੱਲ ਘਟੂ ਨਾ ਇਹ ਤਾਂ ਕੋਈ ਸ਼ਾਇਦ ਹੀ ਪਈ ਚਲੋ ਐ
ਪਹਿਲਾਂ ਖਾਂ ਵੀ ਤੂੰ ਮਾਂ ਸਾਹਿਬ ਉੱਥੇ ਪੈਸੇ ਕੋਈ ਨਹੀਂ ਤੇ ਇੱਥੇ ਕਾਲਾ ਕੋਲਾ ਕੋਈ ਨਹੀਂ ਹੈਗਾ ਆਪਾਂ ਨੂੰ ਚੂਨਾ ਲਾ ਕੇ ਨਿਕਲ ਗਿਆ ਉਹ ਚੂਨਾ ਲਾ ਕਿਤੇ ਨਹੀਂ ਜਾਂਦਾ ਆ ਪਿੰਡ ਨੂੰ ਆਸੇ ਪਾਸੇ ਘੇਰਾ ਪਾ ਲਵੋ ਤੇ ਆ ਵੇਖੀ ਹੁਣ ਬਚ ਨਹੀਂ ਜਾਂਦਾ ਮੇਰੇ ਤੋਂ ਚਲੋ ਹੋਗਾ ਚਲੋ ਉਦੋਂ ਮੈਂ ਤੈਨੂੰ ਕਹਿੰਦੀ ਪਈ ਸੀ ਨਾ ਕਿ ਆਪਾਂ ਨੂੰ ਚੂਨਾ ਲਾਉਂਦਾ ਪਿਆ ਤੇ ਤੂੰ ਉਦੋਂ ਮੇਰੀ ਇੱਕ ਨਹੀਂ ਮੰਨੀ ਮੈਨੂੰ ਕੀ ਪਤਾ ਮੈਨੂੰ ਆਉਂਦਾ ਤੇਰੀ ਜਾਨ ਨਹੀਂ ਦੇਛੇ ਜਾਨ ਨਹੀਂ ਦੇਛੇ ਹੁਣ ਗਿਓ ਆਦੀ ਜਾਨ ਬਚਾਉਣ ਦੀ ਖਾਤਰ ਅੱਬਾ ਜੀ 21000 ਰੁਪਇਆ ਲੈ ਗਿਆ ਮੇਰੇ ਕੋਲੋਂ 21000 ਰੁਪਇਆ ਮੈਂ ਤੁਹਾਡੇ ਕੋਲ ਲੈਣਾ ਨੇ ਲੈ ਅਗਲੇ ਨਾਲ ਪਿਛਲੀ ਵਾਰ ਦੇ ਗਈ ਸਾਡੇ ਹੱਥੀ ਪਤਾ ਹੈ ਨਾ ਜਿਹੜੇ 21000 ਰੁਪਇਆ ਤੁਹਾਨੂੰ ਕੱਢ ਕੇ ਦੇਵਾਂ ਚ ਬਾਜੀ ਸਾਹਿਬ ਨਾ ਤੇਰਾ ਪੁੱਤਰ ਲੈ ਕੇ ਗਿਆ ਦੁੱਧ ਤੇਰੀ ਨੋ ਨਹੀਂ ਮੇਰੇ ਘਰੇ ਜਾ ਕੇ ਮੈਨੂੰ ਆਖਿਆ ਜੇ ਮੈਂ ਤੇਰੇ ਪੁੱਤ ਨੂੰ ਦਿੰਦੀ ਪਈ ਆ ਜੇ ਤੇਰੇ ਪੁੱਤਰ ਨਾ ਦਿੱਤੇ ਤਾਂ ਅਸੀਂ ਤੇਰੇ ਕੋਲ ਲਵਣੇ ਹਨ ਕੱਲਾ ਤੁਸੀਂ ਕਿਵੇਂ ਦੀ ਕਰਨ ਦੇ ਗਤੀ ਨੇ ਦੋਵੇਂ ਜੀ ਤੇ ਸਾਨੂੰ ਲਾ ਲਾ ਗਿਆ ਤੇਰਾ ਹੀ ਪੁੱਤਰ ਲਾ ਗਿਆ ਨਾ ਯਾਰ ਤੂੰ ਕਾਕਾ ਕਾ ਜਿਹੜਾ ਉਹਦੇ ਪਿੱਛੇ ਲੱਗ ਜਾਣਾ ਕਦੇ ਪਰਿੰਦਿਆਂ ਦੇ ਵਿੱਚ ਇਨਸਾਨਾਂ ਦੀਆਂ ਜਾਨਾਂ ਹੋਈਆਂ ਤੈਨੂੰ ਚੰਗਾ ਬੱਲਾ ਪਤਾ ਹੈਗਾ ਬੈਠਾ ਤੁਰਾ ਕੱਢ ਕੇ ਬਾਜੀ ਸਾਹਿਬ ਰਾ ਗੱਲ ਇਹਦੇ ਕੋਲੋਂ ਪੁੱਛ ਉਦੋਂ ਮੈਂ ਇਹਨੂੰ ਬੜਾ ਸਮਝਾਉਂਦੀ ਰਹੀ ਆ ਮਗਰ ਤੇਰੇ ਪੁੱਤਰ ਨੇ ਉਦੋਂ ਮੇਰੀ ਬਾਹ ਇੱਕ ਨਹੀਂ ਚੱਲਣ ਦਿੱਤੀ ਗਈ ਕਵਲ ਲੈ ਮਾਮੀ ਤਾਂ ਤੈਨੂੰ ਮਰਵਾਉਣਾ ਚਾਹੁੰਦੀ ਉਲਟਾ ਮੈਨੂੰ ਕਹਿ ਦਿੱਤਾ ਹੈਗਾ ਕਿ ਮਾਮੀ ਇਹਦੀ ਜਾਨ ਤੋਤੇ 'ਚ ਤੇ ਤੇਰੀ ਜਾਨ ਤੇਰੇ ਬੰਦੇ 'ਚ ਹੀ ਗਈ ਹੈ ਇਹ ਕਹਿ ਕੇ ਤੇ ਮੈਨੂੰ ਵੀ ਡਰਾ ਕੇ ਤੇ ਚੁੱਪ ਕਰਾ ਛੱਡਿਆ ਹਵੇ ਬੁੱਤਨਾ ਕਿੱਡਾ ਜਹਾਨ ਦਾ ਝੱਠ ਬੰਦਾ ਹੈ ਮਾਮੀ ਤੇ ਮਾਮੇ ਤੂੰ ਨਹੀਂ ਟੜਿਆ ਤੇ ਆਪਾਂ ਤਾਂ ਉਹਦੇ ਲੱਗਦਾ ਹੀ ਕੁਛ ਨਹੀਂ ਆਸ ਇਹ ਤਾਂ ਆਪਸ ਵਿੱਚ ਇੱਕੋ ਜਿਹਾ ਨਾ ਇਹ ਸ਼ਾਇਦ ਇੱਕ ਦੋ ਤੁਸ਼ਾ ਲਈ ਸਨ ਜਾਂ ਨਾ ਆਪਾਂ ਪੈਸੇ ਨਹੀਂ ਛੱਡਨੇ ਆਪਾਂ ਲਾ ਕੇ ਖਲੋਵਣਾ ਮਾਸੀ ਸਾਹਿਬ ਰਾਣੀ ਤੇ ਪਰੇ ਲਾ ਕੇ ਨਾ ਖਲੋਗਾ ਅੰਨੇ ਬੰਨੇ ਗੱਲ ਨੂੰ ਲਾ ਦੇ ਲਾਂਦਾ ਪਿਆ ਨੀ ਛੋਰਾ ਮੈਨੂੰ ਬੜੀ ਸੋਹਣੀ ਕਿਉਂ ਧੱਕੇ ਖੋਏ ਨਹੀਂ ਜਾ ਕੇ ਲੱਭੋ ਆਪਾਂ ਨੂੰ ਨਾਲ ਲੱਭਣਾ ਪਾਉਣਾ ਜਿੰਨਾ ਕੋ ਹੱਥ ਲਾ ਗਿਆ ਨਾ ਮੈਨੂੰ ਤੇ ਡਰ ਲੱਗਦਾ ਪਿਆ ਸਾਰਾ ਪਿੰਡ ਆਪਣੇ ਮਗਰ ਹੋਸੀ ਉਹ ਲਾ ਜਾਣੇ ਕੁੱਤਾ ਕਿਦੇ ਹੋਸੇ ਤੇ ਕਿਦੇ ਨਾ ਹੋਸੇ ਭਰਾਵਾ ਤੇ ਖਲੋਣ ਨਾਲ ਕੁਛ ਨਹੀਂ ਹੋਣਾ ਚੱਲ ਕੇ ਉਹਨੂੰ ਲੱਭ ਗਏ ਤੇ ਉੱਠੋ ਫਿਰ ਬੈਠੇ ਕਿਉਂ ਨੇ ਹੁਣ ਕੀ ਸੋਚਦੇ ਪਏ ਨੇ ਪੈਸੇ ਡਬਲ ਕਰਾਉਣੇ ਕਿ ਨਹੀਂ ਕਰਾਉਣੇ ਮੇਰਾ ਵੀਰਾ ਤੈਨੂੰ ਅੱਗੇ ਵੀ ਮੈਂ ਦੱਸਿਆ ਵੀ ਸਾਡੇ ਘਰ ਪੈਸੇ ਹੈ ਨਹੀਂ ਕੋਈ ਨਹੀਂ ਅਸਾਂ ਤੈਨੂੰ ਪੈਸੇ ਕਿਦੂ ਦੇਈਏ ਜ਼ਹਿਰ ਖਾਣ ਜੋਗੇ ਹੈ ਕੋਈ ਨਹੀਂ ਪੈਸਿਆਂ ਦੀ ਰਟ ਲਾਈ ਬੈਠਾ ਆ ਵੇਖ ਲਾ ਉਹ ਆਂਦਾ ਪੈ ਹੈਣ 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 ਉਹ ਮੇਰਾ ਵੀਰਾ ਇਹ ਐਵੇਂ ਕੂੜ ਲਿੰਬੀ ਜਾਂਦੀ ਹੈ ਰਾਤੀ ਮੈਨੂੰ ਤਨਖਾਹ ਦਿੱਜੀ 50000 ਰੁਪਇਆ ਤੇ ਉਹ ਪੈਸੇ ਸਾਡੇ ਘਰ ਪਏ ਪੈਣ ਤੋਤਾ ਝੂਠ ਨਹੀਂ ਮਾਰਦਾ ਤੋਤਾ ਮੌਕੇ ਤੇ ਬੋਲੇ ਉਹ ਸਕਿਆ ਹੈਣ 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 ਤੇ ਮੇਰਾ ਵੀਰਾ ਸੀ ਡਬਲ ਕਰਾਣੇ ਨਹੀਂ ਚਾਹੁੰਦੇ ਤੁਸੀਂ ਆਦੇ ਘਰੇ ਜਾਓ ਨਹੀਂ ਮੇਰੀ ਭੈਣ ਹੈ ਪਾਗਲ ਨਾ ਬਾਣ ਸਮਝਦਾਰ ਬਾਣ ਤੇਰੇ ਕੋਲ 50000 ਰੁਪਇਆ ਹੈਗਾ ਤੇ 50000 ਤੋਤੇ ਨੂੰ ਦੇ ਤੇ ਲੱਖ ਹੋ ਜਾਸੀ ਦੋ ਮਹੀਨੇ ਸਕੂਨ ਦੇ ਬੈ ਕੇ ਖਾਸੋ ਸਰਦੀਆਂ ਦੇ ਬਾਅਦ ਚ ਹੱਥ ਮਲਦੀ ਰਾਸੇ ਤੇ ਟਾਈਮ ਨਿਕਲ ਜਾਸੀ ਮੇਰੀ ਬਾਹਰ ਭੇਡ ਖਲੀ ਉਹ ਡਬਲ ਕਰ ਦੇ ਲੱਖ ਲਾਣਤ ਹੈਗੀ ਉਹ ਕਿਦਾ ਚਾਹੀਵਸਾਂ ਭੇਡ ਨੂੰ ਆਪਾਂ ਅਕਲ ਦੀ ਕੌਮ ਲੈ ਉਹ ਮੀਆਂ ਬੇਡ ਡਬਲ ਨਹੀਂ ਹੋ ਸਕਦੀ ਇਸ ਗੱਲੂ ਕਿ ਤੋਤੇ ਨੂੰ ਮੈਂ ਆਖਣਾ ਬੇਡ ਡਬਲ ਕਰ ਹੋ ਸਕਦਾ ਉਹਦੀ ਸਮਝ ਪੁੱਠੀ ਆਵੇ ਉਹ ਬੇਡ ਦੀ ਕੁੱਤੀ ਬਣਾ ਛੱਡਿਆ ਐਵੇਂ ਵਡੀਂਦੇ ਵਸੋ ਮੁੜ ਦੋ ਕੁੱਤੀਆਂ ਹੋ ਜਿਸ ਨੇ ਹਲੇ ਦੂਜੀ ਕੁੱਤੀ ਮੈਨੂੰ ਬਣਾਈ ਖਲੋਤਾ ਨਿਕਲ ਤਾ ਇਥੋਂ ਤੈਨੂੰ ਕਦੋਂ ਸਮਝ ਆਵਣੀ ਹੈ ਮੇਰਾ ਆਖਣ ਦਾ ਮਤਲਬ ਹੈ ਜਦੋਂ ਇੱਕ ਬੇਡ ਦੀਆਂ ਦੋ ਉਸ ਕਰਨੀਆਂ ਹੋ ਸਕਦਾ ਦੋ ਕੁੱਤੀਆਂ ਬਣ ਜਾਵਣ ਦੋ ਕੁੱਤੀਆਂ ਰਮਜੀ ਪੈਸੇ ਤੇ ਚਾਵਨ ਨਹੀਂ ਪੀ ਦਿੰਦੀ ਆਉਂਦੇ ਮਹੀਨੇ ਮੈਨੂੰ ਜਦੋਂ ਤਨਖਾਹ ਡਿੱਗੀ ਤਾਂ ਮੈਂ ਸਿੱਧੀ ਤੇਰੇ ਕੋਲ ਲਾਇਆ ਉੱਥੇ ਡਬਲ ਕਰਵਾ ਲਈਤਾ ਹੁਣ ਤੂੰ ਤੋਤੇ ਕੋਲ ਇਹ ਪੁੱਛ ਮੇਰੇ ਕੋਈ ਹਾਲਾਤ ਹੀ ਬਦਲੀ ਸਨ ਕਿ ਨਹੀਂ ਆਪਾਂ ਹੁਣ ਪੁੱਛ ਲੈਨੇ ਚਾਹ ਮੀਆਂ ਮਿੱਠੂ ਇਹਦੇ ਹਾਲਾਤ ਬਦਲੀ ਮਣਨ ਕਿ ਨਹੀਂ ਆ ਵੇਖ ਲਾ ਉਹ ਆਂਦਾ ਪਿਆ ਨਹੀਂ ਨਹੀਂ ਤੇਰੇ ਹਾਲਾਤ ਨਹੀਂ ਬਦਲੀ ਮਣੇ ਉਹ ਗੱਜ ਗੱਜ ਕੇ ਪਿਆ ਆਂਦਾ ਜਦੋਂ ਤੱਕ ਆ ਭੌਰੀ ਔਰਤ ਤੇਰੇ ਘਰ ਦੇ ਵਿੱਚ ਤੇਰੇ ਹਾਲਾਤ ਨਹੀਂ ਬਦਲੇ ਉੱਠੀ ਮੇਰੇ ਘਰ ਚ ਉਹ ਭੌਰੀ ਲੈਣ ਕੇ ਤਾਂ ਹੀ ਮੈਂ ਆਣਾ ਮੇਰੀ ਮਹੀਨੇ ਦੀ 50000 ਰੁਪਇਆ ਤਨਖਾਹ ਉਹ ਮੇਰੇ ਘਰ ਇੱਕ ਬੰਦੀ ਜੁੜਦੀ ਸ਼ਾਇਦ ਕਾ ਨਹੀਂ ਪਈ ਇਹ ਨਹੀਂ ਮੈਨੂੰ ਪਤਾ ਮੈਂ ਮੇਰੀ ਭੌਰੀ ਸਵਾਣੀ ਮੈਂ ਤਾਂ ਭੌਰੀ ਨਹੀਂ ਆ ਕਾਲੇ ਬਤਾਉ ਮੈਂ ਤਾਂ ਜਾਂਦੀ ਪਈ ਤੇਰੀ ਵਜ੍ਹਾ ਤੂੰ ਮੇਰਾ ਘਰ ਖਰਾਬ ਹੁੰਦਾ ਪਿਆ ਹੁਣ ਆਦੀ ਬਾਜੀ ਦੇ ਦਵੀਂ ਇਹਨੂੰ ਉਹਦੀ ਮੈਂ ਲਈਸਾ ਜਾਂ ਨਾ ਲਈਸਾ ਤੂੰ ਤਾਂ ਕਰੀ ਮੇਰੇ ਘਰ ਹੀ ਚੁ ਨਿਕਲਣਾ ਤੇਰਾ ਤਾਂ ਮੈਂ ਇਲਾਜ ਬਾਅਦ ਵਿੱਚ ਕਰਸਾਂ ਕੀ ਤੂੰ ਮੇਰਾ ਇਲਾਜ ਕਰਸਾਂ ਤੂੰ ਡਾਕਟਰ ਹੈ ਆਏ ਮੀਆਂ ਤੂੰ ਬੜਾ ਚੰਗਾ ਕੰਮ ਕੀਤਾ ਇਹ ਇਵੇਂ ਸਮਝ ਤੂੰ ਮੇਰੇ ਤੇ ਦੇ ਚੜਿਆ ਜਿਹੜਾ ਬਹੁਤ ਮੇਰੇ ਘਰ ਹੀ ਚੁ ਕੱਢਿਆ ਚੱਲ ਹੁਣ ਉਹ ਤਾਂ ਵਗ ਗਈ ਪੈਸੇ ਚਾ ਲੈ ਆਂ ਤੂੰ ਉਹ ਕੁੰਜੀ ਉਹਦੇ ਕੋਲ ਟਰੰਗ ਦੀ ਜੰਦਰਾ ਤਾਂ ਬੰਨੇ ਆ ਪਰ ਜੰਦਰਾ ਨਹੀਂ ਪੈਂਦਾ ਚੱਲ ਮੈਂ ਫਿਰ ਟਾਈਮ ਟਾਈਮ ਜ਼ਾਇਆ ਕਰਨ ਵਾਲੀ ਗੱਲ ਨਹੀਂ ਅਗਾ ਉੱਠੀ ਉਹਦੇ ਮੈਨੇ ਮੈਂ ਉਸ ਤੇਰੇ ਕੋਲ ਤਨਖਾਹ ਡਬਲ ਕਰਾਵਾਂ ਜੇ ਮੇਰੇ ਕੋਲ ਹੋਇਆ ਤਾਂ ਹੀ ਹੈ ਨਾ ਹੋ ਸਕਦਾ ਇਹਨੇ ਮਾਲਕ ਲੈ ਜਾਵਣ ਇਹਨੂੰ ਅੱਛਾ ਇਹ ਕਿਸੇ ਦਾ ਚਾਹੀ ਮਨ ਹਾਂ ਚਲੋ ਉਹ ਤਾਂ ਉਹਨਾਂ ਲਾ ਕੀਤੀ ਗਈ ਨਿਕਲ ਕਿ ਹੁਣ 50000 ਰੁਪਇਆ ਕਿਵੇਂ ਆਪਾਂ ਕੱਟਸਾਂ ਆਪਾਂ ਦਾਲਾ ਭਾਂ ਲੈ ਸਰ ਮੇਰੇ ਕੋਲ ਤਾਂ ਸਬਜ਼ੀ ਜੋ ਗਈ ਕੋਈ ਮੈਂ
ਸ਼ੌਕੀ ਦਾ ਬੂਵੇ ਦੇ ਵੀ ਉਹਨੇ ਦਿੰਦੇ ਉਹਨੇ ਦਿੰਦੇ ਅੱਗ ਪੈਸੇ ਕਿਹੜੀ ਆਏ ਗੱਲਾਂ ਨਾ ਕਰ ਪੈਸੇ ਫੜ ਕੇ ਤੇ ਘਰ ਨਿਕਲ ਜਾਂਦੇ ਲੈ ਕੇ ਖਾਵੀ ਚਲੋ ਬਾਜਾ ਬਾਜਾ ਹੁਣ ਸਰਕਾਰ ਆਪਾਂ ਕਿਤੇ ਜਾਵਣਾ ਆਪਾਂ ਹੁਣ ਸਿੱਧੇ ਕਰਾਚੀ ਨੂੰ ਜਾਣਾ ਹੈ ਕਿਉਂਕਿ ਫਲਕ ਸ਼ੇਰ ਨੇ ਗਰੇ ਤਾਂ ਆਪਾਂ ਨੂੰ ਰਾਣ ਕੋਈ ਨਹੀਂ ਦੇਣਾ ਇਸ ਵਾਸਤੇ ਮੈਂ ਗੱਡੀ ਵਾਲੇ ਨੂੰ ਫੋਨ ਕਰ ਛੜਿਆ ਉਹ ਆਇਆ ਖੜੋਤਾ ਹੋ ਸੀ ਤੇ ਆਪਾਂ ਨਿਕਲੀਏ ਹਾਂ ਚਲ ਟੋਰ ਚੱਲ ਸੋਹਣਿਆ ਤੋਤਿਆ ਸਵਾਰੀ ਮੈਨੂੰ ਚੰਗੀ ਠੋਕ ਦੀ ਲੱਭੀ ਹੈ 15 ਮਿੰਟ ਹੋ ਗਏ ਇੰਤਜ਼ਾਰ ਕਰਦਾ ਖਲੋਤਾ ਅਜੇ ਨਹੀਂ ਆਇਆ ਸਰਦੀ ਚ ਮੈਂ ਠਾਠ ਠਾਠ ਕਰ ਕੌਂਡ ਪਿਆ ਹੁੰਦਾ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ ਗੱਡੀ ਸਫਾਈ ਕਰਦਾ ਪਿਆ ਹਾਂਜੀ ਹਾਂਜੀ ਆ ਚੱਲੀਏ ਮੋੜ ਯਾਰ ਮੈਨੂੰ ਸਹੀ ਵਾਰ ਸਾਨੂੰ ਜਲਦੀ ਜਲਦੀ ਆਪੜਾ ਬਸ ਆ ਦੋਨ ਦਾ ਮੈਂ ਜ਼ਰਾ ਸ਼ੀਸ਼ਾ ਸਾਫ ਕਰ ਲਾਂ ਤੁਸੀਂ ਬਵੋ ਮਿੰਟ ਮਾਰ ਮਿੰਟ ਅਸੀਂ ਰੇਲ ਗੱਡੀ ਤੇ ਜਾਣਾ ਹਾਂਜੀ ਰੇਲ ਗੱਡੀ ਤੇ ਮੈਂ ਤੈਨੂੰ ਚੜਾ ਲੈਣਾ ਸਾਡੇ ਨਾਲ ਫਰਾਡ ਕਰਕੇ ਤੇ ਕਰਾਚੀ ਭਜੇ ਜਾਣਾ ਜਮਾਤ ਸਾਹਿਬ ਇਹਨੂੰ ਆਪਾਂ ਚਾਹ ਕੇ ਨਾਲ ਲਈ ਚਲੀਏ ਉੱਥੇ ਕਿਸੇ ਕਬਜ਼ੇ ਤੇ ਨਾ ਇਹਨੂੰ ਲੜਾ ਕੇ ਨਾ ਤੇ ਗੋਲੀ ਮਰਵਾ ਦੇਵਾਂਗੇ ਤੇ ਕੇਸ ਉਹਨਾਂ ਤੇ ਪਾ ਦੇਵਾਂਗੇ ਮੁਸਕਾਨ ਬੜੀ ਸਿਆਸਤਦਾਨਾਂ ਵਾਲੀ ਗੱਲ ਕੀਤੀ ਤੂੰ ਇਹਦੇ ਨਾਲ ਐਵੇਂ ਹੀ ਹੋਣੀ ਚਾਹੀਦੀ ਆ ਫੜ ਗੱਲ ਸੁਣ ਬੀਬੀ ਤੂੰ ਇਹਦੇ ਨਾਲ ਦੀ ਹੈ ਨਾ ਨਾ ਵੇ ਮੇਰਾ ਭਰਾ ਮੈਂ ਤੈਨੂੰ ਜਾਣਦੀ ਨਹੀਂ ਹੈਗੀ ਇਹ ਤੇ ਮੈਨੂੰ ਗਵਾਹ ਕੀਤੀ ਵਧਾਇਆ ਜਾ ਫਿਰ ਸਾਨੂੰ ਦੁਆ ਦੇ ਵੀ ਅਸੀਂ ਤੈਨੂੰ ਆਜ਼ਾਦ ਕਰਾਤਾ ਅੱਲਾ ਤੇਰਾ ਭਲਾ ਕਰੇ ਮੇਰਾ ਭਰਾ ਤੁਸੀਂ ਮੈਨੂੰ ਆਜ਼ਾਦ ਕਰਵਾਇਆ ਹੈਗਾ ਰਮਜ਼ੀਆ ਤੋਤਾ ਮੈਂ ਨਾਲ ਲਈ ਜਾਵਾਂ ਮੈਂ ਤੇਰਾ ਕੁਝ ਲੱਗਦਾ ਨਹੀਂ ਹੈ ਤੋਤਾ ਤੇਰਾ ਮਾਮਾ ਲੱਗਦਾ ਚੱਲ ਨਮੀ ਇਹਨੂੰ ਤੋਤਾ ਫੜ ਇਹਨੂੰ ਆਪਾਂ ਤੇ ਡੇਰੇ ਤੇ ਲੈ ਕੇ ਚੱਲੀਏ ਸਾਰਾ ਚਾਕਰੂ ਲੁੱਟ ਕੇ ਵਗ ਗਿਆ ਦੱਸ ਅਸੀਂ ਹੁਣ ਕੀ ਕਰੀਏ ਮਾਈ ਸਾਬਰਾ ਤੇਰਾ ਪੋਤਰ ਤਾਂ ਮੇਰਾ ਵੀ ਘਰੂ ਜਾੜ ਕੇ ਵਗ ਗਿਆ ਨਹੀਂ ਮੇਰੇ ਦੀ ਨਾ ਰੋ ਘਰ ਤਾਂ ਸੀ ਤੇਰਾ ਵਸਾ ਲਿਸਾ ਸ਼ੁਕਰ ਹੈ ਤੂੰ ਲੁੱਟੀ ਜੀ ਨਾ ਆਈਏ ਓ ਆਈ ਖੋਤੀ ਸੁਗਰੀ ਹਾਂ ਸੁਗਰੀ ਆ ਰਮਜ਼ੀ ਕੰਜਰ ਕਿਦੇ ਹੀ ਮਾਈ ਸਾਬਰਾ ਤੈਨੂੰ ਕੀ ਦੱਸਾਂ ਤੇਰੇ ਪੋਤਰ ਦੀਆਂ ਗੰਦੀਆਂ ਹਰਕਤਾਂ ਹੈਗੀਆਂ ਨਾ ਉਹਦੀ ਵਜ੍ਹਾ ਨਾਲ ਪੂਰੇ ਪਿੰਡ 'ਚ ਮੈਨੂੰ ਵੀ ਲਾਂਤਾਂ ਪਈਆਂ ਹੈਗੀਆਂ ਸਾਰੇ ਪਿੰਡ ਨੂੰ ਲੁੱਟਿਆ ਇਸੂ ਤੇ ਬਦਮਾਸ਼ਾਂ ਨੂੰ ਲੁੱਟਿਆ ਇਸੂ ਤੇ ਬਦਮਾਸ਼ ਚਾਹ ਕੇ ਲੈ ਗਏ ਨਾ ਉਹਨੂੰ ਕਿਹੜੀ ਮਾਸੂਮ ਬਣਾ ਦੇ ਤੈਨੂੰ ਲੋੜ ਨਹੀਂ ਹੈ ਕਿੱਡੀ ਚੰਗੀ ਹੈ ਨਾ ਮੈਨੂੰ ਸਾਰਾ ਪਤਾ ਹੈ ਆ ਬਿੱਲੋ ਹੁਣ ਆਪਾਂ ਹੀ ਚੱਲੀਏ ਰਮਜ਼ੀ ਸਾਹਿਬ ਜੀ ਨਾਲ ਜੱਥੀ ਚਾੜ ਗਿਆ ਨਾ ਉਹਨਾਂ ਲੱਤ ਬਾਹ ਉਡਾ ਛੜਨੀ ਹੈ ਟੋਰ ਆ ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।